ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਤੋਂ ਇੱਕ ਓਂਕਾਰ ਦੀ ਵਿਚਾਰਧਾਰਾ ਨੂੰ ਪ੍ਰਗਟ ਕੀਤਾ ਅਤੇ ਸਮੁੱਚੇ ਸੰਸਾਰ ਦੀ ਲੋਕਾਈ ਨੂੰ ਇੱਕ ਅਕਾਲ ਪੁਰਖ ਜੀ ਦੇ ਪ੍ਰੇਮ ਰੰਗ ਵਿੱਚ ਰੰਗ ਕੇ ਸੰਸਾਰ ਨੂੰ ਭਾਈਚਾਰਕ ਸਾਂਝ ਦੇ ਸੂਤਰ ਵਿੱਚ ਪਰੋ ਦਿੱਤਾ, ਉਦੋਂ ਤੋਂ ਹੀ ਕੱਟੜਪੰਥੀ ਲੋਕਾਂ ਨੇ ਬਾਬੇ ਨਾਨਕ ਜੀ ਦੀ ਸੱਚੀ ਸੁੱਚੀ ਰੱਬੀ ਵਿਚਾਰਧਾਰਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਵਿਰੋਧ ਅੱਜ ਵੀ ਕਈ ਪ੍ਰਕਾਰ ਦੇ ਢੰਗ ਤਰੀਕੇ ਨਾਲ ਜਾਰੀ ਹੈ। ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਜਿਵੇਂ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਸੰਸਾਰ ਪੱਧਰ 'ਤੇ ਆਪਣੇ ਜਿੱਤ ਦੇ ਝੰਡੇ ਗੱਡ ਰਹੀ ਹੈ, ਉੱਥੇ ਹੀ ਨਾਲ ਨਾਲ ਹੁਣ ਕੱਟੜਪੰਥੀਆਂ ਦਾ ਵਿਰੋਧ ਵੀ ਤਿੱਖਾ ਹੁੰਦਾ ਜਾ ਰਿਹਾ ਹੈ। ਇਹ ਵਿਰੋਧ ਕਦੇ ਹਮ ਹਿੰਦੂ ਹੈ ਪੁਸਤਕ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ, ਕਦੇ ਸਿੱਖ ਧਰਮ ਖਿਲਾਫ਼ ਲਿਖੀਆਂ ਪੁਸਤਕਾਂ ਵਿੱਚ ਗੁਰੂ ਸਾਹਿਬ ਪ੍ਰਤੀ ਵਰਤੀ ਜਾ ਰਹੀ ਮੰਦੀ ਭਾਸ਼ਾ ਦੇ ਰੂਪ ਵਿੱਚ ਜਾਂ ਫਿਰ ਧਾਰਮਿਕ ਅਤੇ ਰਾਜਨੀਤਿਕ ਸਟੇਜਾਂ ਤੋਂ ਵਾਰ ਵਾਰ ਇਹ ਪ੍ਰਚਾਰਨਾ ਕਿ ਸਿੱਖ ਕੋਈ ਵੱਖਰਾ ਧਰਮ ਨਹੀਂ ਬਲਕਿ ਹਿੰਦੂ ਧਰਮ ਦਾ ਹੀ ਇੱਕ ਫਿਰਕਾ ਹੈ। ਕੱਟੜਪੰਥੀ ਲੋਕ ਸਿੱਖ ਧਰਮ ਨੂੰ ਹਿੰਦੂ ਮਜ਼ਹਬ ਦੀ ਇੱਕ ਸਾਖਾ ਦਰਸਾਉਂਦੇ ਹੋਏ ਸਿੱਖ ਧਰਮ ਨੂੰ ਆਪਣੇ ਅੰਦਰ ਨਿਗਲਣਾ ਚਾਹੁੰਦੇ ਹਨ। ਹੁਣ ਇਹ ਵੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਵੱਲੋਂ ਕੋਈ ਨਵੀਂ ਗੱਲ ਨਹੀਂ ਕੀਤੀ ਬਲਕਿ ਗੁਰੂ ਸਾਹਿਬ ਜੀ ਨੇ ਹਿੰਦੂ ਮਜ਼ਹਬ ਅਤੇ ਇਸਲਾਮ ਦੀਆਂ ਕੁਝ ਚੰਗੀਆਂ ਗੱਲਾਂ ਲੈ ਕੇ ਆਪਣਾ ਧਰਮ ਬਣਾਇਆ। ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਡਾਕਟਰ ਰਾਮ ਪੁਨਿਆਨੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਪਾਸੇ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਵੱਖਰਾ ਵੀ ਦਰਸਾਉਂਦਾ ਹੈ ਪਰ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਜੀ ਨੂੰ ਸੰਤ ਗੁਰੂ ਨਾਨਕ ਕਹਿ ਕੇ ਸੰਬੋਧਨ ਕਰਦਾ ਹੋਇਆ ਗੁਰੂ ਨਾਨਕ ਸਾਹਿਬ ਜੀ ਨੂੰ ਇਵੇਂ ਪੇਸ਼ ਕਰਦਾ ਹੈ ਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਵੱਖਰਾ ਨਾ ਕਰਦੇ ਹੋਏ ਕੁਝ ਗੱਲਾਂ ਇਸਲਾਮ ਤੋਂ ਅਤੇ ਕੁਝ ਹਿੰਦੂਆਂ ਅਤੇ ਕੁਝ ਵਕਤ ਦੇ ਭਗਤੀ ਲਹਿਰਾਂ ਦੇ ਸੰਤਾਂ ਪਾਸੋਂ ਲੈ ਕੇ ਪ੍ਰਚਾਰੀਆਂ ਹੋਣ, ਇਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਕਾਪੀ ਪੇਸਟ ਦੇ ਤੌਰ 'ਤੇ ਪ੍ਰਚਾਰਿਆ ਜਾ ਰਿਹਾ ਹੈ। ਤੋ ਸੰਤ ਗੁਰੂ ਨਾਨਕ ਨੇ ਇਨ ਦੋਨੋਂ ਧਰਮੋਂ ਕੇ ਬਿਹਤਰੀਨ ਉੱਚ ਪਹਿਲੂਓਂ ਕੋ ਲੇਕਰ ਸਿੱਖ ਧਰਮ ਕੀ ਬਾਤ ਕੀ। ਉਹਨੇ ਐਸੀ ਬਾਤ ਕੀ ਜੋ ਅੱਛੀ ਚੀਜ਼ ਉਹਨੇ ਲਗੀ ਇਸਲਾਮ ਸੇ, ਜੈਸੇ ਏਕ ਈਸ਼ਵਰਵਾਦ ਵੋ ਉਹਨੇ ਇਸਲਾਮ ਸੇ ਲੈ ਲਿਆ, ਜੈਸੇ ਉਹਨੇ ਕੁਛ ਔਰ ਕਲਪਨਾਏ ਪੁਨਰਜਨਮ ਸੇ ਜੁੜੀ ਹੋਈ ਹਿੰਦੂ ਧਰਮ ਕੀ ਮਿਲੀ, ਉਹਨੇ ਉਨਕੋ ਸਵੀਕਾਰ ਕਰ ਲਿਆ। ਔਰ ਬਾਅਦ ਮੇ ਆਨੇ ਵਾਲੇ ਸਿੱਖ ਗੁਰੂਓਂ ਨੇ ਯਹਾਂ ਕੀ ਜੋ ਵੀ ਅੱਛੀ ਕਿਤਾਬੇ ਹੈ ਉਸਮੇ ਧਰਮ ਗ੍ਰੰਥੋਂ ਔਰ ਖਾਸ ਤੌਰ ਸੇ ਜੋ ਸੰਤ ਪਰੰਪਰਾ ਕੇ ਲੋਕ ਥੇ, ਜੋ ਸੂਫੀ ਪਰੰਪਰਾ ਕੇ ਲੋਕ ਥੇ, ਉਨ ਲੋਕੋਂ ਕੀ ਅੱਛੀ ਬਾਤੋਂ ਕੋ ਗੁਰੂ ਗ੍ਰੰਥ ਸਾਹਿਬ ਮੇਂ ਸ਼ਾਮਿਲ ਕੀਆ ਔਰ ਗੁਰੂ ਗ੍ਰੰਥ ਸਾਹਿਬ ਕੋ ਅੰਤਿਮ ਗੁਰੂ ਔਰ ਸਰਵਸ਼੍ਰੇਸ਼ਠ ਜੋ ਗੁਰੂ ਹੈ ਉਸਕੀ ਇੱਕ ਮਾਨਤਾ ਸਿੱਖ ਧਰਮ ਹੈ। ਤੋ ਉਸ ਸਮੇਂ ਦੋ ਪ੍ਰਕਾਰ ਕੀ ਚੀਜ਼ਾਂ ਚੱਲ ਰਹੀ ਥੀ, ਇੱਕ ਜੋ ਸਮਾਜ ਕੋ ਊਚ ਨੀਚ ਕੇ ਰੂਪ ਮੇਂ ਦੇਖਤੀ ਥੀ, ਸਮਾਜ ਕੋ ਬਾਂਟਤੀ ਥੀ, ਔਰ ਦੂਸਰੀ ਪਰੰਪਰਾਏ ਭਗਤੀ ਔਰ ਸੂਫੀ ਪਰੰਪਰਾਏ ਥੀ। ਤੋ ਸੰਤ ਗੁਰੂ ਨਾਨਕ ਨੇ ਇਨ ਪਰੰਪਰਾਓਂ ਕੋ ਜੋ ਲੋਕੋਂ ਮੇਂ ਪ੍ਰਚਲਿਤ ਥੀ, ਜੋ ਬਰਾਬਰੀ ਮੇਂ ਵਿਸ਼ਵਾਸ ਰੱਖਤੀ ਥੀ, ਉਨ ਪਰੰਪਰਾਓਂ ਕੋ ਲੇਕਰ ਸਿੱਖ ਧਰਮ ਕੀ ਸਥਾਪਨਾ ਕੀ। ਔਰ ਇਹ ਸਿੱਖ ਧਰਮ ਇਸ ਪਹਿਲੇ ਗੁਰੂ ਨਾਨਕ ਦੇਵ ਜੀ ਕੋ ਪਹਿਲਾ ਗੁਰੂ ਮਾਨਾ ਜਾਤਾ ਹੈ ਔਰ ਉਸਕੇ ਬਾਅਦ ਗੁਰੂ ਨਾਨਕ ਸਾਹਿਬ ਜੀ ਨੂੰ ਕੇਵਲ ਕੁਝ ਕੁ ਚੰਗੀਆਂ ਗੱਲਾਂ ਲੈ ਕੇ ਇੱਕ ਸੁਧਾਰਕ ਦੇ ਤੌਰ 'ਤੇ ਪੇਸ਼ ਕਰਨਾ ਇਹ ਸਭ ਤੋਂ ਵੱਡਾ ਗੁਨਾਹ ਹੈ ਕਿਉਂਕਿ ਇਲਾਹੀ ਬਾਣੀ ਵਿੱਚ ਗੁਰੂ ਸਾਹਿਬਾਨ ਲਈ ਜੋ ਰੱਬੀ ਪ੍ਰਮਾਣ ਸਾਡੇ ਸਾਹਮਣੇ ਆਉਂਦੇ ਹਨ ਉਹਨਾਂ ਦੀ ਵਿਚਾਰ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਮਾਨੋ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਦਸਾਂ ਜਾਮਿਆਂ ਵਿੱਚ ਵਿਚਰਦੇ ਰਹੇ। ਨਿਰੰਕਾਰੀ ਬਾਣੀ ਦੇ ਬੋਲ ਆਪ ਨਰਾਇਣ ਕਲਾ ਤਾਰ ਜਗ ਮੇਂ ਪਰਵਰਿਓ ਅਤੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ। ਫਿਰ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਗਤ ਪਿਤਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਨਿਰਮਲ ਪੰਥ ਦੀ ਨੀਂਹ ਕੁਝ ਸੁਣੀਆਂ ਸੁਣਾਈਆਂ ਗੱਲਾਂ 'ਤੇ ਨਹੀਂ ਰੱਖੀ ਬਲਕਿ ਪਰਮਾਤਮਾ ਜੀ ਦੀ ਬਖਸ਼ ਸਦਕਾ ਪਹਿਲਾਂ ਬਾਬੇ ਪਾਇਆ ਬਖਸ਼ਦਰ ਰੱਬ ਜੀ ਨੇ ਆਪਣੇ ਬਖਸ਼ਿਸ਼ਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਦੇ ਹਿਰਦੇ ਵਿੱਚ ਪ੍ਰਗਟ ਕੀਤੇ ਅਤੇ ਫਿਰ ਬਾਬਾ ਨਾਨਕ ਚੜ੍ਹਿਆ ਸੋਧਣ ਧਰਤ ਲੁਕਾਈ ਦੇ ਰੱਬੀ ਮਿਸ਼ਨ ਨੂੰ ਸਫਲਤਾਪੂਰਵਕ ਸਿਰੇ ਚੜਾਉਂਦੇ ਹਨ। ਸੋ ਡਾਕਟਰ ਰਾਮ ਪੁਨਿਆਨੀ ਵੱਲੋਂ ਇਹ ਪ੍ਰਚਾਰਨਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਗੱਲਾਂ ਨੂੰ ਲੈ ਕੇ ਸਿੱਖ ਧਰਮ ਚਲਾਇਆ ਇਹ ਨਾ ਸਹਿਣਯੋਗ ਹਮਲਾ ਬਰਦਾਸ਼ਤ ਤੋਂ ਬਾਹਰ ਹੈ। ਇਸ ਗੱਲ 'ਤੇ ਡਾਕਟਰ ਰਾਮ ਪੁਨਿਆਨੀ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਇਹ ਵੀ ਦੱਸਣਾ ਚਾਹੀਦਾ ਕਿ ਜਗਤ ਪਿਤਾ ਧੰਨ ਗੁਰੂ ਨਾਨਕ ਸਾਹਿਬ ਜੀ ਪ੍ਰਤੀ ਇਹ ਹਲਕੇ ਪੱਧਰ ਦੀ ਸੋਚ ਉਹਨਾਂ ਵਿੱਚ ਕਿਵੇਂ ਆਈ। ਡਾਕਟਰ ਰਾਮ ਪੁਨਿਆਨੀ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਹ ਮਨਘੜਤ ਵਿਚਾਰ ਉਹਨਾਂ ਨੇ ਕਿਹੜੀਆਂ ਪੁਸਤਕਾਂ ਅਤੇ ਲੇਖਾਂ ਨੂੰ ਪੜ੍ਹ ਕੇ ਜ਼ਾਹਰ ਕੀਤੇ ਹਨ ਤਾਂ ਕਿ ਗੁਰੂ ਨਾਨਕ ਸਾਹਿਬ ਜੀ ਪ੍ਰਤੀ ਵਰਤੀ ਜਾ ਰਹੀ ਤੰਗ ਦਿਲੀ ਨੂੰ ਵੀ ਨਸ਼ਰ ਕੀਤਾ ਜਾ ਸਕੇ। ਆਓ ਹੁਣ ਗੁਰਬਾਣੀ ਵਿੱਚੋਂ ਕੁਝ ਸਮਝਣ ਦਾ ਯਤਨ ਕਰੀਏ। ਗੁਰਬਾਣੀ ਦਾ ਤਾਂ ਇਹ ਫੈਸਲਾ ਹੈ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੀ
ਪਿੰਡ ਪਰਾਂ ਅਤੇ ਪੰਡਿਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲਿਆ। ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਬਚਨ ਹਨ ਕਿ ਹਿੰਦੂ ਮੂਲ ਨਾਲੋਂ ਟੁੱਟ ਕੇ ਖੁੰਝੇ ਪਏ ਹੋਏ ਹਨ। ਇਹਨਾਂ ਦੀਆਂ ਕਹਾਣੀਆਂ ਮੁਤਾਬਕ ਜੋ ਨਾਰਦ ਨੇ ਕਿਹਾ ਉਹੀ ਪੂਜਾ ਕਰੀ ਜਾ ਰਹੇ ਹਨ। ਇਹ ਤਾਂ ਅੰਨੇ ਗੁੰਗੇ ਬਣ ਕੇ ਕੁੱਪ ਹਨੇਰੇ ਵਿੱਚ ਜੀਵਨ ਗਵਾ ਰਹੇ ਹਨ। ਇਹ ਕਿੰਨੇ ਮੂਰਖ ਅਤੇ ਗਵਾਰ ਬਣੇ ਹੋਏ ਹਨ। ਪੱਥਰਾਂ ਨੂੰ ਪੂਜੀ ਜਾ ਰਹੇ ਹਨ। ਪੱਥਰ ਤਾਂ ਪਾਣੀ ਵਿੱਚ ਆਪ ਡੁੱਬ ਜਾਂਦਾ ਹੈ, ਇਹਨਾਂ ਨੂੰ ਕਿਵੇਂ ਤਾਰੇਗਾ? ਗੁਰੂ ਪਾਤਸ਼ਾਹ ਫਰਮਾਉਂਦੇ ਹਨ, ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ, ਨਾਰਦ ਕਹਿਆ ਸੇ ਪੂਜ ਕਰਾਹੀ, ਅੰਧੇ ਗੁੰਗੇ ਅੰਧ ਅੰਧਾਰ, ਪਾਥਰ ਲੇ ਪੂਜੇ ਮੁਗਦ ਗਵਾਰ, ਓਏ ਜਾਂ ਆਪ ਡੁੱਬੇ ਤੁਮ ਕਹਾਂ ਤਰਨ ਹਾਰ। ਜਿਹੜੇ ਰੱਬੀ ਮੂਲ ਨਾਲੋਂ ਵੀ ਟੁੱਟੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਅੰਧਕਾਰ ਹੀ ਪਸਾਰਿਆ ਹੋਇਆ ਹੈ, ਉਹ ਦੂਜੇ ਨੂੰ ਸਿਵਾਏ ਅੰਧਕਾਰ ਦੇ ਕੀ ਦੇ ਸਕਦੇ ਹਨ? ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਹੜੇ ਖਸਮ ਪ੍ਰਭੂ ਦੇ ਮੂਲ ਨੂੰ ਹੀ ਛੱਡ ਕੇ ਅੰਧਕਾਰ ਵਿੱਚ ਟੁਰਦੇ ਹਨ, ਸਮਝੋ ਕਿ ਉਹਨਾਂ ਨੇ ਆਪਣੇ ਜੀਵਨ ਦੀ ਬੇੜੀ ਨੂੰ ਆਪ ਹੀ ਡੋਬ ਦਿੱਤਾ ਹੈ। ਸਤਿਗੁਰ ਜੀ ਸਮਝਾਉਂਦੇ ਹਨ, ਖਸਮ ਛੋੜ ਦੂਜੇ ਲਗੇ ਡੂਬੇ ਸੇ ਵਣ ਜਾ ਰਿਹਾ, ਉੱਥੇ ਹੀ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਦੇ ਬਚਨਾਂ ਵਿੱਚ ਜਿੱਥੇ ਵੱਖੋ ਵੱਖਰੇ ਧਰਮਾਂ ਦੀ ਗੱਲ ਨੂੰ ਦਰਸਾ ਕੇ ਅਖੀਰ ਵਿੱਚ ਆਪਣਾ ਨਿਰਣਾ ਦਿੱਤਾ ਹੈ, ਨਾਨਕ ਭਗਤਾ ਭੁੱਖ ਸਲਾਹਣ ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਛਾਰ, ਕਿ ਪ੍ਰਭੂ ਦੇ ਸੱਚੇ ਧਰਮ ਧਾਰਮਿਕ ਕਰਮ ਕਾਂਡ ਤੋਂ ਨਿਰਲੇਪ ਰਹਿ ਕੇ ਪਰਮਾਤਮਾ ਜੀ ਦੇ ਸੱਚੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਹਨ। ਉਹਨਾਂ ਨੂੰ ਪ੍ਰੇਮਾ ਭਗਤੀ ਦੀ ਭੁੱਖ ਲੱਗੀ ਰਹਿੰਦੀ ਹੈ, ਉਹ ਸਦਾ ਆਨੰਦ ਵਿੱਚ ਰਹਿੰਦੇ ਹਨ। ਪੰਜ ਵਕਤ ਦੀ ਨਿਮਾਜ਼ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਨਜ਼ਰੀਏ ਨਾਲ ਬਿਆਨ ਕੀਤਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਪੰਜ ਨਿਵਾਜਾਂ ਵਕਤ ਪੰਜ, ਪੰਜਾਂ ਪੰਜੇ ਨਾਉ, ਪਹਿਲਾ ਸੱਚ ਹਲਾਲ, ਦੁਇ ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸਮਣ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆ ਕਹਿ ਤਾਂ ਮੁਸਲਮਾਨ ਸਦਾਏ। ਸੋ ਇਹ ਪ੍ਰਾਰਥਨਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਦੀਆਂ ਕੁਝ ਚੰਗੀਆਂ ਗੱਲਾਂ ਨੂੰ ਲੈ ਕੇ ਆਪਣਾ ਧਰਮ ਪ੍ਰਚਾਰਿਆ, ਇਹ ਸਰਾਸਰ ਝੂਠ ਫਰੇਬ ਨਾਲ ਭਰੀ ਕਹਾਣੀ ਤੋਂ ਸਿਵਾਏ ਕੁਝ ਹੋਰ ਨਹੀਂ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।